ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਘਰ ਬੈਠੇ ਸਾਡੇ ਲੋਕ ਗੀਤਾਂ ਦਾ ਆਨੰਦ ਮਾਣ ਰਹੇ ਹੋਵੋਗੇ। ਬਹੁਤ ਸਾਰੀਆਂ ਭੈਣਾਂ ਦੇ ਫੋਨ ਆਉਂਦੇ ਆ ਜੀ ਕਿ ਵਿਆਹ ਦੀਆਂ ਰਸਮਾਂ ਦੇ ਲੋਕ ਗੀਤ ਦੁਬਾਰਾ ਤੋਂ ਅਪਲੋਡ ਕਰੋ ਵੀਡੀਓ। ਵੈਸੇ ਅਸੀਂ ਗਾ ਵੀ ਚੁੱਕੇ ਹਾਂ ਪਰ ਕਈ ਵਾਰ ਚਲੋ ਸਰਚ ਕਰਦੇ ਹਾਂ ਨਹੀਂ ਸਾਹਮਣੇ ਆਉਂਦਾ ਉਹ ਲੋਕ ਗੀਤ। ਤਾਂ ਮੇਰੀ ਕੋਸ਼ਿਸ਼ ਹੈ ਕਿ ਮੋਟੀਆਂ ਮੋਟੀਆਂ ਰਸਮਾਂ ਦੇ ਲੋਕ ਗੀਤ ਜ਼ਰੂਰ ਤੁਹਾਡੇ ਤੱਕ ਪਹੁੰਚਦੇ ਕਰੀਏ ਕਿਉਂਕਿ ਵਿਆਹਾਂ ਦੇ ਪ੍ਰੋਗਰਾਮ ਹੁਣ ਸ਼ੁਰੂ ਹੋ ਚੁੱਕੇ ਆ। ਹਰ ਘਰ ਕਿਸੇ ਵੀਰ ਦਾ ਭੈਣ ਦਾ ਵਿਆਹ ਹੈ, ਹੈ ਨਾ। ਕਿਤੇ ਸੁਹਾਗ ਦੀ ਲੋੜ ਆ, ਕਿਤੇ ਘੋੜੀਆਂ ਦੀ ਲੋੜ ਆ, ਕਦੇ ਨਹਾਈ ਧੋਈ ਦੇ ਲੋਕ ਗੀਤਾਂ ਦੀ ਲੋੜ ਹੈ। ਤਾਂ ਮੇਰੀ ਕੋਸ਼ਿਸ਼ ਹੈ ਜੀ ਮੈਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂ ਇਹਨਾਂ ਲੋਕ ਗੀਤਾਂ ਨੂੰ। ਕਿਰਪਾ ਕਰਕੇ ਇਹਨਾਂ ਨੂੰ ਸਿੱਖ ਕੇ ਅਤੇ ਉਸ ਰਸਮ 'ਚ ਗਾ ਕੇ ਉਸ ਰਸਮ ਦੀ ਖੂਬਸੂਰਤੀ ਨੂੰ ਜ਼ਰੂਰ ਵਧਾਇਆ ਕਰੋ। ਮੇਰਾ ਇਹੀ ਸੁਨੇਹਾ ਜੀ। ਅਤੇ ਅੱਜ ਮੈਂ ਤੁਹਾਨੂੰ ਸੁਣਾਉਂਗੀ ਜਦੋਂ ਲੜਕੀ ਦੀ ਮੀਟੀ ਖੋਲ੍ਹਦੇ ਆ ਤਾਂ ਉਦੋਂ ਜਿਹੜਾ ਲੋਕ ਗੀਤ ਗਾਉਂਦੇ ਆ ਉਹ ਲੋਕ ਗੀਤ ਤੁਹਾਨੂੰ ਸੁਣਾਉਂਗੀ। ਮੇਰੀ ਮੀਡੀ ਨਾ ਖੋਲਿਓ ਨੀ ਆਂਗਨ ਸੁਹੇ ਲੜੀਓ, ਮੇਰੀ ਮੀਡੀ ਨਾ ਖੋਲਿਓ ਨੀ ਆਂਗਨ ਸੁਹੇ ਲੜੀਓ, ਮੇਰਾ ਬਾਬਲ ਲੜੂਗਾ ਨੀ ਆਂਗਨ ਸੁਹੇ ਲੜੀਓ, ਮੇਰਾ ਬਾਬਲ ਲੜੂਗਾ ਨੀ ਆਂਗਨ ਸੁਹੇ ਲੜੀਓ, ਮੇਰੇ ਬਾਬਲ ਨੂੰ ਪੁੱਛ ਲੋ ਨੀ ਆਂਗਨ ਸੁਹੇ ਲੜੀਓ, ਮੇਰੇ ਬਾਬਲ ਨੂੰ ਪੁੱਛ ਲੋ ਨੀ ਆਂਗਨ ਸੁਹੇ ਲੜੀਓ, ਮੇਰੀ ਮੀਡੀ ਨਾ ਖੋਲਿਓ ਨੀ ਆਂਗਨ ਸੁਹੇ ਲੜੀਓ, ਮੇਰੀ ਮੀਡੀ ਨਾ ਖੋਲਿਓ ਨੀ ਆਂਗਨ ਸੁਹੇ ਲੜੀਓ, ਮੇਰਾ ਵੀਰਾ ਲੜੂਗਾ ਨੀ ਆਂਗਨ ਸੁਹੇ ਲੜੀਓ, ਮੇਰਾ ਵੀਰਾ ਲੜੂਗਾ ਨੀ ਆਂਗਨ ਸੁਹੇ ਲੜੀਓ, ਮੇਰੇ ਵੀਰੇ ਨੂੰ ਪੁੱਛ ਲੋ ਨੀ ਆਂਗਨ ਸੁਹੇ ਲੜੀਓ, ਮੇਰੇ ਵੀਰੇ ਨੂੰ ਪੁੱਛ ਲੋ ਨੀ ਆਂਗਨ ਸੁਹੇ ਲੜੀਓ, ਮੇਰੀ ਮੀਡੀ ਨਾ ਖੋਲਿਓ ਨੀ ਆਂਗਨ ਸੁਹੇ ਲੜੀਓ, ਮੇਰਾ ਮਾਮਾ ਲੜੂਗਾ ਨੀ ਆਂਗਨ ਸੁਹੇ ਲੜੀਓ, ਮੇਰੇ ਮਾਮੇ ਨੂੰ ਪੁੱਛ ਲੋ ਨੀ ਆਂਗਨ ਸੁਹੇ ਲੜੀਓ, ਮੇਰੇ ਮਾਮੇ ਨੂੰ ਪੁੱਛ ਲੋ ਨੀ ਆਂਗਨ ਸੁਹੇ ਲੜੀਓ, ਮੇਰੀ ਮੀਡੀ ਨਾ ਖੋਲਿਓ ਨੀ ਆਂਗਨ ਸੁਹੇ ਲੜੀਓ।